ਮੈਂ ਕਿਹਾ ਭਾਈ ਤੁਸੀਂ ਦਿੱਲੀ ਵਾਲੇ ਸ਼ੋਅ ਕਰਦੇ ਹੋ, ਉੱਥੇ ਸਾਊਂਡ ਤੇ ਲਾਈਟਾਂ ਨਾਲ ਸ਼ੋਅ ਹੋ ਜਾਂਦਾ, ਸਾਨੂੰ ਲੋਕ ਉੱਥੇ ਕਾਂਟਾ ਲੱਗਾ ਹੁੰਦਾ, ਨਾਲੇ ਉੱਥੇ ਕਾਂਟਾ ਲਗਾ ਕਿੰਨਾ ਫਰਕ ਹੈ ਅੰਦਾਜ਼ ਹੈ, ਅੰਦਾਜ਼ੇ ਬਿਆਨ ਨਾ ਦੇਖੋ, ਆ ਦੇਖੋ ਇਹਨਾਂ ਦੇ ਸੈਡ ਸੌਂਗ ਵੀ ਨੇ, ਤੁਰੀ ਸੀ ਤੇਰੀ ਡੋਲੀ ਨੀ, ਮੈਂ ਦਾਰੂ ਦੀ ਬੋਤਲ ਖੋਲੀ ਨੀ, ਮੋਟਾ ਜਿਹਾ ਪੈਗ ਲਾਇਆ ਸੀ, ਕੱਲ ਤੇਰੇ ਵਿਆਹ ਵਿੱਚ ਹਾਣ ਦੀ ਮੈਂ ਬੇਟਰ ਬਣ ਕੇ ਆਇਆ ਸੀ, ਲੈ ਰਾਂਝਿਆਂ ਦੀਆਂ ਗੱਲਾਂ ਕਰਦੇ ਉੱਧਰ ਬੇਟਰ ਬਣ ਗਏ, ਆਹ ਮੈਂ ਕਿਹਾ ਕੀ ਹੋਏ, ਚੰਗਾ ਭਲਾ ਪੰਜਾਬੀ ਗਾਣਾ ਵਿੱਚ ਵਿੱਚ ਕਾਲੇ ਪਾ ਲੈ, ਤੇਰੇ ਟਿੱਲੇ ਤੋਂ ਇਹ ਕਿਹੜਾ ਰੀਮਿਕਸ ਫਰੀਮਿਕਸ ਕੀਤਾ ਯਾਰ। ਇੱਕ ਹੋਰ ਹੁੰਦਾ ਜੀ ਮਾਨ ਸਾਹਿਬ, ਉਹ ਸਿੰਗਰ ਜਿਹੜਾ ਬੈਠਾ ਹੁੰਦਾ ਨਾ ਸੋਫੇ ਜੇ ਤੇ ਐਨਕਾਂ ਜਿਹੜਾ ਕੇ, ਉਹ ਡਾਂਸ ਦੀ ਮੈਨੂੰ ਸਮਝ ਨਹੀਂ ਆਈ, ਤੁਸੀਂ ਦੱਸ ਦਿਓ ਜੇ ਤੁਹਾਨੂੰ ਪਤਾ, ਉਹ ਨਾ ਸਿੰਗਰ ਆਪ ਬਹਿ ਜਾਂਦਾ, ਉਹ ਜਿਹੜੀਆਂ ਹੁੰਦੀਆਂ ਨੇ ਨਾਲ ਮੋੜ ਲਈਆਂ, ਉਹ ਹੱਥ ਮਿਲੀ ਆਈ, ਉਹਨਾਂ ਤੋਂ ਨਾ ਖੁਰਕ ਜੀ ਕਰਾਈ, ਉਹ ਸੂਰਦਾਸ ਡਾਂਸ ਕਹਿੰਦੇ, ਇਹ ਕਿਹੜਾ ਖਾਜ ਡਾਂਸ ਮਸਾਜ ਡਾਂਸ ਹੈ ਮੈਨੂੰ ਨੀ ਪਤਾ ਲੱਗ ਜਾਂਦਾ, ਪਤਾ ਨੀ ਕੁਦ ਕੁਦੀਆਂ ਜਿਹਾ ਕਰੀ ਜਾਂਦੇ ਰਹਿੰਦੇ, ਕਿੱਥੇ ਪੁਰਾਣੀਆਂ ਚੀਜ਼ਾਂ, ਡੋਲੀ ਤੁਰਦੀ ਅੱਜ ਵੀ ਪਿੰਡਾਂ 'ਚ ਆਪਣੇ, ਕੁੜੀ ਪੀੜੀ ਦਾ ਪਾਵਾ ਫੜ ਕੇ ਬਹਿ ਜਾਂਦੀ, ਕਹਿੰਦੀ ਮੈਨੂੰ ਨਾ ਤੋੜੋ, ਫਿਰ ਮਾਮੀਆਂ ਚਾਚੀਆਂ ਤਾਈਆਂ ਨਾਨੀਆਂ ਦੋ ਦੋ ਦੀਆਂ ਜੋਟੀਆਂ ਬਣਾ ਕੇ ਦੋਹੇ ਗਾਉਂਦੀਆਂ ਨੇ, ਦੋਹੇ ਸਿੱਠਣੀਆਂ, ਮੈਂ ਕਿਹਾ ਪੱਥਰ ਤੋਂ ਪੱਥਰ ਦਿਲ ਰੋਣ ਲੱਗ ਜਾਂਦੇ, ਐਸਾ ਕਲਚਰ ਹੈ, ਉਹ ਗਾਉਂਦੀਆਂ ਨੇ, ਕੁੜੀ ਨੂੰ ਦੱਸਦੀਆਂ ਨੇ ਕਿ ਧੀ ਨੇ ਆਪਣੇ ਘਰੇ ਜਾਣਾ ਹੁੰਦਾ, ਬੀਬੀ ਛੱਡਣੀ ਪੀੜੀ ਦੀ ਡੋਰ ਨੀ ਸਾਡਾ ਕੀ ਹੈ ਜ਼ੋਰ, ਨੀ ਜ਼ੋਰਾਂ ਵਾਲੇ ਲੈ ਨੀ ਚੱਲੇ ਬੀਬੀ, ਛੱਡਣੀ ਪੀੜੀ ਦਾ ਪਾਵਾ ਨੀ ਸਾਡਾ ਕੀ ਹੈ ਦਾਵਾ, ਨੀ ਦਾਵੇ ਵਾਲੇ ਲੈ ਨੀ ਚੱਲੇ ਬੀਬੀ। ਅੱਜ ਕੱਲ੍ਹ ਆ ਚੰਡੀਗੜ੍ਹ ਸ਼ਹਿਰਾਂ ਜਿਹੜੇ ਵੱਲ ਡੋਲੀਆਂ ਦਾ ਰਿਵਾਜ ਹੀ ਖਤਮ ਹੋ ਗਿਆ, ਸਿੱਧਾ ਕਚਹਿਰੀਆਂ 'ਚ ਨਿਬੜਦਾ ਕੰਮ, ਜੇ ਇੱਕ ਅੱਧੀ ਡੋਲੀ ਤੁਰਦੀ ਵੀ ਹੈ ਨਾ ਸ਼ਹਿਰਾਂ 'ਚ, ਕੁੜੀ ਆਪਣੇ ਮਾਂ ਪਿਓ ਨੂੰ ਚੁੱਪ ਕਰਾਉਂਦੀ, ਚੱਲ ਕਿਉਂ ਮੁੱਕੀ ਜਾਂਦੇ ਹੋ, ਪਰਸੋਂ ਨੂੰ ਆਈ ਲਓ ਮੈਂ ਪਹਿਲੀ ਵਾਰ ਚੱਲੀ ਹਾਂ ਕਿਤੇ, ਆਹ ਹਾਲਤ ਹੋਈ ਪਈ ਹੈ ਜੀ, ਕਿੱਥੇ ਭਾਬੀਆਂ ਨੇ ਸਾਲੀਆਂ ਨੇ ਜੀਜਿਆਂ ਨੂੰ ਮਜ਼ਾਕ ਕਰਨੇ ਸਿੱਠਣੀਆਂ 'ਚ, ਨਾਲੇ ਮਜ਼ਾਕ ਕਰ ਜਿਹੜਾ ਜੀਜਾ ਕੋਲੇ ਬੈਠਾ ਉਹਦੇ ਵੱਲ ਦੇਖ ਕੇ ਦੂਰ ਹੋ ਨਾ, ਉਹਨੂੰ ਮਜ਼ਾਕ ਕਰਨਾ, ਨਾਲੇ ਮਜ਼ਾਕ ਕਰਨਾ, ਨਾਲੇ ਕਹਿੰਦੇ ਡੋਂਟ ਮਾਈਂਡ ਪਲੀਜ਼, ਉਹਨੇ ਕਹਾਉਣਾ ਮੁੱਛਾਂ ਵੀ ਤੇਰੀਆਂ ਟੋਕਰਾ ਜੀਜਾ, ਦਾੜੀ ਤੇਰੀ ਵੇ ਛੱਜ, ਹੋਰ ਮੈਂ ਤੈਨੂੰ ਕੀ ਆਖਾਂ, ਤੈਨੂੰ ਬੋਲਣ ਦਾ ਨਾ ਜੀ ਗੁੱਸਾ ਨਹੀਂ ਮੰਨਣਾ ਚੱਜ, ਨਾਲੇ ਗੁੱਸਾ ਨਹੀਂ ਮੰਨਣਾ ਨਾਲੇ ਚੱਜ, ਆਇਆ ਭੈਣਾਂ ਭਾਈਆਂ ਵਾਸਤੇ ਗਾਉਂਦੀਆਂ, ਵੀਰਾ ਵੇ ਪਟਵਾਰੀਆ ਵੀਰਾ, ਤੂੰ ਧੁੱਪੇ ਜਾਵੇਂ ਵੇ ਕੁੰਬੜਾ, ਜੇ ਮੈਂ ਹੋਵਾਂ ਬੱਦਲੀ ਵੇ ਤੇਰਾ ਸੂਰਜ ਦੇਵਾਂ, ਵੇ ਅੰਤੋਂ ਪਿਆਰਿਆ ਛੁਪਾ, ਭੈਣ ਆਪਣੇ ਭਰਾ ਦੀ ਗਰਮੀ ਰੋਕਣ ਲਈ ਬੱਦਲੀ ਵੱਲ ਨੂੰ ਤਿਆਰ, ਅੱਜ ਕੱਲ੍ਹ ਕਿਹੜੇ ਸੂਰਜ ਡੀਜੇ ਲੱਗਿਆ ਹੁੰਦਾ ਡੀਜੇ, ਔਰ ਡੀਜੇ ਦਾ ਹਰ ਪੌਣੇ ਪੰਜ ਸਕਿੰਟ ਬਾਅਦ ਗਾਣਾ ਬਦਲ ਜਾਂਦਾ, ਬੰਦਾ ਆਪਣੀ ਸਗੀ ਭੈਣ ਕਨੀ ਹੱਥ ਕਰ ਕਰ ਨੱਚੀ ਜਾਂਦਾ ਹੁੰਦਾ, ਪਿੱਛੇ ਗਾਣਾ ਚੱਲਦਾ ਹੁੰਦਾ, ਤੂੰ ਨੀ ਬੋਲਦੀ ਦੁਕਾਨੇ, ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ, ਗਾਣੇ ਦੇ ਮਤਲਬ ਤਾਂ ਚੈੱਕ ਕਰ ਲਓ ਭਰਾਵੋ, ਮੁੰਡਾ ਜੰਮਣ ਦੀ ਖੁਸ਼ੀ 'ਚ ਸਾਰੇ ਨੱਚੀ ਜਾਂਦੇ ਹੁੰਦੇ ਨੇ, ਪ੍ਰੋਗਰਾਮ ਹੁੰਦਾ ਸਾਰੇ ਸ਼ਰਾਬ ਪੀ ਕੇ ਭੰਗੜ ਪਾਈਆਂ, ਗਵਾਂਢੀਆਂ ਦੀ ਮਿਹਰਬਾਨੀ ਲੈ ਕਰ ਲਾ ਸੁਣਾ ਲਾ ਗੀਤ ਅੱਜ ਕੱਲ੍ਹ ਦੇ, ਕਲਚਰ ਕਲਚਰ ਚੋਂ ਕੱਕਾ ਕੱਟੀ ਗਿਆ, ਲੱਚਰੀ ਰਹਿ ਗਿਆ ਹੁਣ ਤਾਂ ਬਸ, ਕਹਿੰਦਾ ਕੱਕਾ ਮੋੜ ਕੇ ਲਿਆਉਣਾ, ਕੱਕਾ ਮੋੜਨਗੇ ਇਹੋ ਜਿਹੇ ਹੀਰੇ, ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਤੇ ਇਹ ਦੋ ਕੱਕੇ ਲਾ ਲੈਣਗੇ, ਸੋ ਫਰਕ ਪੈ ਗਿਆ ਬੜਾ। ਹੁਣ ਪਿੰਡਾਂ ਦੀ ਗੱਲ ਕਰਦੇ ਆ ਮਾਨ ਸਾਹਿਬ, ਇਹਨਾਂ ਨੂੰ ਸੁਣ ਸੁਣ ਕੇ ਅਸੀਂ ਆਪਣੇ ਅੰਦਰ ਚਿਣਗਾਂ ਇਹੋ ਜਿਹੀਆਂ ਲਾਈਆਂ ਵੀ ਯਾਰ, ਕੁਛ ਨਾ ਕੁਛ ਅਸੀਂ ਵੀ ਕਰੀਏ। ਹੁਣ ਪਿੰਡਾਂ ਦੀ ਗੱਲ, ਪਿੰਡ ਗਿੱਦੜਵਾਹਾ ਵੀ ਮੇਰਾ ਸਤੌਜ ਆ, ਨਾਲ ਹੀ ਮਾਨਸਾ ਦੇ ਪਿੰਡ ਆਪਣੇ ਇੱਕੋ ਜਿਹੇ ਨੇ, ਅੱਛਾ ਸਾਨੂੰ ਪੁੱਛ ਜਾਣਗੇ, ਮੈਨੂੰ ਹਜੇ ਤੱਕ ਮਾਨਸਾ ਪੁੱਛ ਜਾਂਦੇ, ਪਿੰਡ ਜਾਂਦੇ ਸੱਤ 'ਚ ਬਹਿੰਦੇ ਆ, ਭਗਵਾਨ ਤੁਸੀਂ ਅੱਛਾ ਵਿਹਲਾ ਸੱਤ 'ਚ ਕੋਈ ਨਹੀਂ ਹੁੰਦਾ, ਕੋਈ ਜਰਦਾ ਮਾਰਦਾ, ਕੋਈ ਨਸਵਾਰ ਖਾਂਦਾ, ਇਹ ਅਮਰੀਕੇ ਜਾਇਆ ਆ, ਮੈਂ ਕਿਹਾ ਹਾਂ, ਕਨੇਡੇ, ਮੈਂ ਕਿਹਾ ਉੱਥੇ ਵੀ ਜਾਇਆ ਆ, ਹਜੇ ਧਰਤੀ ਦਾ ਸਿਰਾ ਤਾਂ ਨਹੀਂ ਦੇਖਿਆ ਹੋਣਾ ਤੈਂ, ਉਹਨਾਂ ਨੂੰ ਆਇਆ ਨਹੀਂ ਸਰ, ਧਰਤੀ ਅੱਡੀ ਮੁੱਕ ਜਾਂਦੀ, ਇਹ ਬਾਈ ਸੂਰਜ ਜਿੱਥੇ ਡਿੱਗਦਾ ਹੋਣਾ ਕੰਜਰ ਦਾ, ਬਹੁਤ ਬੰਦੇ ਫੂਕ ਦਿੰਦਾ ਹੋਣਾ, ਆਈਟੀ ਤੈਨੂੰ ਆਪਾਂ ਨੂੰ ਭੁੱਲ ਦਿੰਦਾ, ਤੂੰ ਲਾਲਾ ਸਾਹਿਬ ਬੀਸੀਆਂ ਬੰਦੇ ਮਾਰਦੇ ਹੋਣੇ, ਉਹ ਮੈਂ ਕਿਹਾ ਸੂਰਜ ਕਿਤੇ ਨਹੀਂ ਡਿੱਗਦਾ, ਉਹ ਧਰਤੀ ਦਾ ਕੋਈ ਸਿਰਾ ਨਹੀਂ, ਆ ਧਰਤੀ ਘੁੰਮੀ ਜਾਂਦੀ ਆ, ਸੂਰਜ ਖੜਾ ਜਿਹੜਾ ਪਾਸਾ ਉਹਦੇ ਅੱਗੇ ਆ ਗਿਆ, ਉਹ ਦਿਨ ਬਾਕੀ ਰਾਤ, ਲੈ ਐ ਜੇ ਤੇਰੀਆਂ ਰੀਲਾਂ ਹੀ ਆਉਣ ਲੱਗ ਗਿਆ, ਸਾਨੂੰ ਬੁੱਧੂ ਹੀ ਬਣਾਉਣਾ ਹੋਣਾ, ਹੈ ਬਾਈ ਜੀ, ਐ ਧਰਤੀ ਘੁੰਮਣ ਲੱਗ ਜਾ, ਫਿਰ ਆਪਣੇ ਪਿੰਡ ਵਾਲੇ ਭਾਕਾ ਘਰ ਪਿੰਡ ਦੇ
ਪਰਲੇ ਪਾਸੇ ਕਰ ਤੇ ਆ ਕੇ ਕਰ ਪੁੰਨਾ ਮਾਈ ਜਾ ਕੇ ਦਰਕੇ ਨੂੰ। ਉਹ ਮੈਂ ਆਖਿਆ ਆਪਣੇ ਪਿੰਡ ਤੇ ਬੈਰਿਕ ਲੱਗਿਆ ਕੱਲੇ ਤੇ ਦੱਸ, ਉੱਥੇ ਮਨਾਉਣਾ ਬੜਾ ਔਖਾ। ਹਜੇ ਤੱਕ ਮੈਨੂੰ ਪੁੱਛੀ ਜਾਂਦੇ ਐਤਕੀ ਲਾਲ ਬਹਾਦਰ ਸ਼ਾਸਤਰੀ ਨੀ ਖੜਾ ਹੋਇਆ ਕਿਤੋਂ। ਉਹ ਮੈਂ ਆਖਿਆ ਕਿਹੜੀ ਵਿੰਡੋ ਡਾਊਨਲੋਡ ਕਰੀ ਫਿਰਦੇ ਹੋਏ, ਅਪਡੇਟ ਕਰੋ ਆਪਣੇ। ਉੱਥੇ ਤਾਂ ਇੱਦਾਂ ਦੀਆਂ ਚੀਜ਼ਾਂ ਪੈਦਾ। ਹੁਣ ਤੁਸੀਂ ਦੇਖੋ ਵੀ ਮੇਰਾ ਇੱਕ ਮੁੰਡਾ ਵਿਆਹ ਹੋ ਗਿਆ ਉਹਦਾ, ਉਹ ਹੁਣ ਅੰਗਰੇਜ਼ੀ ਨੂੰ ਥੋੜ੍ਹਾ ਮੂੰਹ ਮਾਰ ਰਿਹਾ ਸਾਡੇ ਪਿੰਡ ਨਾਲ। ਉਹਦਾ ਵਿਆਹ ਹੋ ਗਿਆ, ਮੈਂ 10 ਦਿਨਾਂ ਬਾਅਦ ਪਿੰਡ ਗਿਆ, ਘਰ ਗਿਆ, ਆ ਗਿਆ। ਪੰਤ ਬਾਈ ਇੱਥੇ ਆਈ ਬਾਈ, ਆਈ ਬਾਈ, ਮੈਂ ਆ ਗਿਆ। ਆ ਜਾ ਕੇ ਆ ਜਾ, ਮੈਂ ਦੱਸ ਥੋੜ੍ਹਾ ਕਹਾਂ ਹੋ ਜਾ, ਮੈਂ ਦੱਸ ਕੀ ਹੋ ਗਿਆ, ਥੋੜ੍ਹਾ ਦੱਸ ਕਹਾਂ ਕਹਾਂ ਜਾ। ਇੱਥੇ ਜਾ ਕੇ ਮੈਨੂੰ ਕਹਿੰਦਾ ਮੇਰਾ ਵਿਆਹ ਹੋ ਗਿਆ ਯਾਰ। ਮੈਂ ਚਲ ਵਧੀਆ ਹੋ ਗਿਆ, ਠੀਕ ਹੋ ਗਿਆ, ਉਹਦਾ ਠੀਕ ਹੋ ਗਿਆ। ਕੱਲ੍ਹ ਪੁੱਛਣੀ ਸੀ, 10 ਦਿਨ ਹੋ ਗਏ ਵਿਆਹ ਨੂੰ। ਮੈਂ ਹਾਂ, ਇਹ ਤੂੰ ਤਾਂ ਸ਼ਹਿਰ 'ਚ ਰਹਿਣਾ, ਇੱਧਰ ਤਾਂ ਵੱਧ ਪਤਾ ਹੋਊ। ਇਹ ਸ਼ਹਿਰਾਂ 'ਚ ਵਾਲੇ ਇਹ ਵਿਆਹ ਤੋਂ ਬਾਅਦ ਨਾ ਹਨੂੰਮਾਨ ਜੀ ਤੇ ਜਾਂਦੇ ਹੁੰਦੇ ਨੇ, 1 ਰੁਪਈਏ ਦੀ ਖੇਡ ਹੁੰਦੀ ਆ ਬਾਈ। ਮੈਂ ਆਖਿਆ ਖੇਡ ਹੋਏ, ਉਹ ਮਹਾਂ ਤੂੰ ਨਾ ਖੇਡੀ, ਬੜੇ ਟਫ ਰੂਲ ਨੇ ਇਸ ਗੇਮ ਦੇ, ਫੱਟ ਪਰੇ ਫੌਲ ਹੋ ਜਾਏਗਾ ਤੂੰ। ਉੱਥੇ ਮਨਾਉਣਾ ਬੜਾ ਔਖਾ ਜੀ ਉਹਨਾਂ ਨੂੰ, ਉੱਥੇ ਮਨਾਉਣਾ ਹੀ ਬੜਾ ਔਖਾ। ਹੁਣ ਉਹ ਕਹਿੰਦੇ ਸਾਡੇ ਪਿੰਡ ਦਾ ਝੰਡਾ ਅਮਲੀ ਹੈ, ਉਹ ਬੈਠਾ ਝੰਡੇ ਅਮਲੀ ਦੇ ਘਰ ਦੇ ਨਾਲ ਹੀ, 70 ਕਿੱਲੇ ਬਖਸ਼ੀ ਕੇ ਮਹਿੰਦਰ ਦੇ ਨੇ, ਬੜਾ ਅਮੀਰ ਬੰਦਾ ਬਖਸ਼ੀ ਕੇ ਮਹਿੰਦਰ। 7 ਵੀ ਦੀ ਲੰਘਿਆ, ਮੁੱਛਾਂ ਕੁੰਡੀਆਂ, ਲੋਕ ਲੰਘਣ ਤੋਂ ਬਾਅਦ ਕਹਿੰਦੇ ਆਹ ਹਾ ਬਈ, ਬਖਸ਼ੀ ਕੇ ਮਹਿੰਦਰ ਦੀ ਮੁੱਛ ਤੇ ਨਿੰਬੂ ਖੜਦਾ, ਮੁੱਛਾਂ ਹੈਵੀ ਨੇ। ਝੰਡਾ ਕਹਿੰਦਾ ਉਹ ਕਹਿੰਦੇ ਲੋਕੋ ਜ਼ਮੀਨ ਖੜਾਉਂਦੀ ਆ ਬਾਈ ਨਿੰਬੂ, ਇਹ ਤੁਸੀਂ ਐਂ ਕਰੋ ਜਿਹੜੇ ਮੇਰੇ ਘਰ ਕੋਲ 70 ਕਿੱਲਿਆਂ ਦੀ ਪੈਲੀ ਆ, ਉਹ 'ਚੋਂ ਅੱਧੀ ਪੈਲੀ ਦੀ 35 ਦੀ ਰਜਿਸਟਰੀ ਮੇਰੇ ਨਾਂ ਕਰਾਓ, ਮੇਰੀ ਮੁੱਛ ਤੇ ਭਾਵੇਂ ਖਰਬੂਜੇ ਖੜਾਈ ਆਇਓ। ਜਦੋਂ ਉਹਨੇ 2 ਨਾਟਕਾਂ ਚੱਲਦੇ ਨੇ, ਉਹਨੇ ਮੁੱਛਾਂ ਤਾਹਾਂ ਚੱਕਣੀਆਂ, ਅਸੀਂ ਥੱਲੇ ਨੂੰ ਕਰਨੀਆਂ ਵੀ ਸਾਡੇ ਚੱਲੀ ਜਾਂਦੇ ਆ ਹਜੇ, ਕੋਈ ਨੀ ਹੱਥ ਨੇ ਝਰੀਟਾਂ ਪਾਵਾਂਗੇ। ਸੋ ਬੜਾ ਫਰਕ ਹੈ ਜੀ ਉਸ ਕਲਚਰ ਦਾ। ਪਰ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ, ਮੈਂ ਕਿਉਂਕਿ ਇੰਨਾ ਵਧੀਆ ਮਾਹੌਲ ਚੱਲ ਰਿਹਾ, ਤਾਂ ਥੋੜ੍ਹਾ ਜਿਹਾ ਵਿੱਚ ਆਹ ਤੜਕਾ ਜਾ ਕੇ ਚੱਕਣੀ ਜੀ ਮੈਂ ਤੁਹਾਨੂੰ ਦੇਣੀ ਸੀ, ਆਪਣੇ ਪਿੰਡਾਂ ਦੀ ਗੱਲਾਂ ਕਰਦਾ ਮੈਂ। ਉਹ ਸਾਡੇ ਪਿੰਡ 3 ਕਿਸਮ ਦੇ ਲਾਂਗੜੇ ਆ ਮਾਨ ਸਾਹਿਬ। ਮੈਂ ਉਹਨਾਂ ਲਾਂਗੜਿਆਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੂੰ ਕੁਦਰਤ ਵੱਲੋਂ ਮਾਰ ਰਿਹਾ, ਨੋਟ ਬਲੈਕ ਹਿਊਮਰ। ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਸੈਲਫ ਮੇਡ ਨੇ, ਸ਼ਰਾਬ ਪੀ ਕੇ ਇੱਕ ਕੋਠੇ ਤੋਂ ਡਿੱਗ ਪਿਆ ਜੀ ਸਾਡੇ ਪਿੰਡ, ਇੱਕ ਬੱਸ ਦੀ ਛੱਤ ਤੋਂ ਡਿੱਗ ਪਿਆ, ਇੱਕ ਟਰੈਕਟਰ ਤੋਂ ਡਿੱਗ ਪਿਆ, ਆਪ ਹੀ ਟਰੈਕਟਰ ਚਲਾਉਣਾ ਸੀ, ਆਪ ਹੀ ਅਗਲੇ ਟਾਇਰ ਥੱਲੇ ਆ ਗਿਆ, ਹਜੇ ਤੱਕ ਨਹੀਂ ਪਤਾ ਲੱਗਿਆ ਕਿਵੇਂ ਡਿੱਗਿਆ ਸੀ। ਹੁਣ ਤੁਰਨ ਦੀਆਂ ਜਿਹੜੀਆਂ ਪੁਜੀਸ਼ਨਾਂ ਬਣਾਈਆਂ ਨਾ ਉਹਨਾਂ ਨੇ, ਕੰਪੋਜੀਸ਼ਨਾਂ ਜਿਹੜੀਆਂ ਬਣਾਈਆਂ ਨਾ, ਜਿਹੜੇ ਤੁਰਨ ਦੇ ਅਨਾਜ ਤੁਸੀਂ ਦੇਖਿਓ। ਹੁਣ ਜਿਹੜਾ ਕੋਠੇ ਤੋਂ ਡਿੱਗਿਆ ਸੀ ਉਹਦੀ ਆਹ ਲੱਤ ਟੁੱਟ ਗਈ, ਚਲੋ ਆਹ ਲੱਤ ਟੁੱਟ ਗਈ, ਚਲੋ ਰੱਬ ਦੀ ਮਾਰ ਪੈ ਗਈ। ਪਰ ਉਹ ਤੁਰਦਾ ਇੱਦਾਂ, ਸਾਰਾ ਦੁੱਖ ਆਹ ਬਾਂਹ ਭਰਦੀ ਆ ਖੱਬੇ ਪਾਸੇ ਵਾਲੀ, ਉਹ ਤੁਰਦਾ ਹੀ ਇੱਦਾਂ ਜਿਵੇਂ ਕੁੰਬਲੇ ਬੋਲਿੰਗ ਕਰਦਾ ਹੋਵੇ। ਉਹ ਮੈਂ ਕਿਹਾ ਓਏ ਆਹ ਪੱਖਾ ਕਿੱਧਰ ਨੂੰ ਲਾਇਆ ਤੂੰ। ਉਹ ਇੱਕ ਹੋਰ ਆ ਜਿਹੜਾ ਬੱਸ ਦੀ ਛੱਤ ਤੋਂ ਡਿੱਗਿਆ ਸੀ ਸ਼ਰਾਬ ਪੀ ਕੇ, ਉਹ ਮਾਂ ਦਾ ਪੁੱਤ ਇੱਦਾਂ ਏਦਾਂ ਤੁਰਦਾ ਜਿਵੇਂ ਧਰਤੀ ਤੇ ਸਵਿਮਿੰਗ ਕਰਦਾ ਹੋਵੇ। ਉਹ ਮੈਂ ਕਿਹਾ ਤੂੰ ਹੌਲੀ ਤੁਰਿਆ ਕਰ, ਕਦੇ ਕਿਸੇ ਮੱਛੀ ਚ ਵੱਜੇਗਾ। ਹੋਏ ਤੀਜਾ ਜਿਹੜਾ ਟਰੈਕਟਰ ਆ, ਉਹ ਮਾਂ ਦਾ ਪੁੱਤ ਬੁੱਧਵਾਰ ਨੂੰ ਹੋਰ ਲੰਗ ਮਾਰਦਾ, ਵੀਰਵਾਰ ਨੂੰ ਹੋਰ ਹੁੰਦਾ, ਬੁੱਧਵਾਰ ਨੂੰ ਤਾਂ ਇੱਦਾਂ ਜਿਹਾ ਹੁੰਦਾ ਇਕੱਠਾ ਜਿਹਾ ਹੋ ਕੇ, ਵੀਰਵਾਰ ਨੂੰ ਇੱਦਾਂ ਆਵੇ ਇੱਦਾਂ। ਉਹ ਮੈਂ ਕਿਹਾ ਉਹ ਨਿੱਕਿਆ, ਉਹ ਤੂੰ ਕੱਲ ਕਿਸੇ ਹੋਰ ਤਰੀਕੇ ਨਾਲ ਲੰਘ ਮਾਰਦਾ ਸੀ। ਓਏ ਬਾਈ ਹਜੇ ਨਵੀਂ ਨਵੀਂ 7 ਵਜੀ ਆ, ਪੱਕਾ ਲੰਘ ਨਹੀਂ ਬਣਿਆ ਕੋਈ, ਲੈ ਕਰ ਲਓ ਤੇ ਕਿਹੜੀਆਂ ਕਿਤਾਬਾਂ ਚ ਮਿਲੂ ਇਹ ਗੱਲ। ਫਰਕ ਹੈ ਜੀ, ਫਰਕ ਹੈ ਆਪਣੇ ਕਲਚਰ ਦਾ। ਹੁਣ ਆ ਮੋਬਾਈਲ ਫੋਨ ਨੇ, ਤੁਹਾਨੂੰ ਪਤਾ ਹੀ ਮਾਨ ਸਾਹਿਬ, ਤੁਸੀਂ ਤਾਂ ਆਹ ਦੇਖੋ ਫੜਾਈ ਫੜਾਈ, ਵੈਸੇ ਫੜਾ ਦੇ ਆਹ ਆ ਗਏ ਅੱਜ ਕੱਲ੍ਹ। ਇੱਕ ਇਹਨਾਂ ਨੇ ਸਕੂਲ ਖੋਲਿਆ, ਆ ਸਾਇੰਸ ਨੇ ਪੰਗੇ ਪਾਏ ਜਿਹੜੇ। ਸਤਿ ਸ਼੍ਰੀ ਅਕਾਲ, ਨਮਸਤੇ ਸਾਹਿਬ, ਇਹਨਾਂ ਨੇ ਖਤਮ ਕਰਤੀ। ਪਹਿਲਾਂ ਨੰਬਰ ਆ ਜਾਂਦਾ ਕਹਿੰਦਾ ਹਾਂ ਕਿੱਥੇ ਆ, ਆ ਗਿਆ। ਗੋਰਿਆਂ ਨੇ ਬਣਾਇਆ ਸੀ ਐਮਰਜੈਂਸੀ 'ਚ ਵਰਤਣ ਵਾਸਤੇ, ਵੀ ਕਿਤੇ ਟ੍ਰੈਫਿਕ 'ਚ ਫਸ ਗਏ ਜਾਂ ਕੋਈ ਪੰਗਾ ਪੈ ਗਿਆ। ਆਪਾਂ ਐਡਰੈਸ ਦੱਸ ਦਿਓ, ਹਾਲੇ ਜਿੰਨਾ ਚਿਰ ਇੱਕ ਦੂਜੇ ਦੇ ਵਿੱਚ ਨਹੀਂ ਵੱਜਦਾ ਉਹਨਾਂ ਚਿਰ ਕਰ ਦੇਣੀ। ਖੱਬੇ ਹੋ ਜਾ, ਗਾਂ ਜੀ ਖੜੀ ਹੋਣੀ, ਹਾਂ ਇੱਥੋਂ ਖੜੇ ਖੱਬੇ, ਚੱਲ ਚੱਲ ਚੱਲ, ਹੋ ਕੀ ਹਾਲ ਚਾਲ, ਠੀਕ ਠਾਕ, ਕੱਟਦੇ 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 ਹੋ, ਐਂ ਕਰਦੇ ਹਾਂ ਆਪਾਂ। ਹੁਣ ਇਹਦੇ ਨਾਲ ਬੰਦੇ ਬੜੇ ਫਸੇ ਨੇ, ਆਫਿਸ ਦੇ ਵਿੱਚ ਬੰਦਾ ਕੰਮ ਕਰ ਰਿਹਾ, ਕੁਰਸੀ 'ਤੇ ਬੈਠਾ, ਉਹਦੀ ਵਾਈਫ ਦਾ ਫੋਨ ਆ ਗਿਆ, ਬੰਦਾ ਉੱਪਰ ਨੂੰ ਉੱਠਦਾ, ਵਾਈਫ ਦਾ ਨਾਮ ਵੀ ਇੱਦਾਂ ਫੀਡ ਕਰਦੇ, ਐਮਰਜੈਂਸੀ, ਹੈਂਡਸ ਅਪ, ਓ ਮਾਈ ਗੋਡ, ਵਾਈਫ ਦਾ ਨਾਮ। ਹੁਣ ਆਹ ਫੋਨ ਆ ਗਿਆ, ਉਹਦਾ ਫੋਨ ਆਊਗਾ ਤੇ ਉਹਦਾ ਬੰਦਾ ਉੱਪਰ ਉੱਠੂਗਾ, ਆਫਿਸ ਕੰਮ ਕਰਦਾ, ਫੋਨ ਆ ਗਿਆ, ਓਏ ਕਿੱਥੋਂ ਆ ਗਿਆ, ਹੈਲੋ, ਹਾਂ ਕੀ, ਕਦੋਂ, ਕਿੱਥੇ, ਕਿਵੇਂ ਯਾਰ, ਘਰੇ ਬੈਠੀ ਆ, ਚੈਨ ਨਾਲ ਸੋ ਬੈਠ ਜਾ ਕਰੋ, ਤੁਸੀਂ ਦਫ਼ਤਰ 'ਚ ਵੀ ਨਹੀਂ ਕੰਮ ਕਰਨ ਦਿੰਦੀਆਂ, ਮੇਰੇ ਕੋਲ ਸਿਰ ਖੋਕਣ ਦੀ ਬਹਿਣ ਨਹੀਂ ਹੈਗੀ, ਬਾਅਦ ਗੱਲ ਕਰੂੰਗਾ ਯਾਰ, ਓਕੇ ਬਾਏ, ਇਹਨੂੰ ਕਰ ਲੂ ਬਸ ਇਹੀ ਇਹੀ। 10 ਘੰਟਿਆਂ ਬਾਅਦ ਹੀ ਉਸੇ ਬੰਦੇ ਦੀ ਗੱਲ ਫਰੈਂਡ ਦਾ ਫੋਨ ਆਉਂਦਾ, ਫਿਰ ਬੰਦਾ ਤਾਹਾਂ ਦੀ ਬਜਾਏ ਥੱਲੇ ਨੂੰ ਜਾਂਦਾ, ਰਿਲੈਕਸੇਸ਼ਨ। ਫੋਨ ਆਇਆ, ਕੰਮ ਕਰ ਰਿਹਾ, ਫੋਨ ਆਇਆ, ਪਹਿਲਾਂ ਫੋਨ ਚੱਕਣ ਤੋਂ ਪਹਿਲੀ 2 ਫਲਾਈਂਗ ਕਿੱਸਾ, ਓਏ ਹੋਏ ਓਏ, ਹੈਲੋ, ਹਾਂ ਹਾਂ ਕੀ ਹਾਲ ਚਾਲ ਹੈ, ਮੈਂ ਬਿਲਕੁਲ ਫਰੀ ਹਾਂ ਯਾਰ, ਕੋਈ ਗੱਲ ਨਹੀਂ, ਉਹ ਫਰੀ ਨਾ ਕਰੀ ਯਾਰ, ਮੈਂ ਆਪਾਂ ਕੋਈ ਚੱਕੋ ਨਹੀਂ ਕਰਨੀ ਯਾਰ,
ਉਹ ਮੈਂ ਫਰੀ ਹਾਂ ਫਰੀ ਹਾਂ ਫਰੀ ਇਹਨੇ ਬੜੇ ਫਸਾਏ ਨੇ ਭਾਈ ਆ ਲੈ ਜਾ ਦੇਖੀ ਚੱਲ ਤੇਰੇ ਘਰ ਵਾਲੇ ਦਾ ਫੋਨ ਅਜੇ ਭਰਾਵਾ ਕਿਤੇ ਦੇਖੀ ਕਹਿੰਦਾ ਪਤਨੀ ਕੀ ਪਰਿਭਾਸ਼ਾ ਡੈਫੀਨੇਸ਼ਨ ਆਫ ਵਾਈਫ ਪਤਨੀ ਕੀ ਹੁੰਦੀ ਹੈ ਵਾਈਫ ਕੀ ਹੁੰਦੀ ਹੈ ਬਹੁਤ ਸਾਰੇ ਬੈਠੇ ਨੇ ਅੱਜ ਸ਼ਾਇਦ ਨਵੀਂ ਚੀਜ਼ ਮਿਲ ਜਾਏ ਤੁਹਾਨੂੰ ਜੋ ਟੋਕ ਟੋਕ ਕੇ ਟੋਕ ਟੋਕ ਕੇ ਟੋਕ ਟੋਕ ਕੇ 10 ਸਾਲ ਚ ਬੰਦੇ ਦੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਹੈ ਬਾਅਦ ਸਾਰੀ ਉਮਰ ਖੁਸ਼ ਕਰਦੀ ਰਹਿੰਦੀ ਹੈ ਤੁਸੀਂ ਹੁਣ ਪਹਿਲਾਂ ਵਰਗੇ ਨਹੀਂ ਰਹੇ ਜੀ ਆਪ ਹੀ ਬਦਲਦੇ ਨੇ ਆਪ ਹੀ ਗਾਲਾਂ ਕੱਢੀਆਂ ਦੱਸੋ ਕੀ ਕਰੀਏ ਸੋ ਬੜਾ ਫਰਕ ਪੈ ਗਿਆ ਕਲਚਰ ਦਾ ਜੱਗੀ ਸੋ ਬੜਾ ਫਰਕ ਪੈ ਗਿਆ ਮੈਂ ਬੇਨਤੀ ਕਰੂੰਗਾ ਕਿ ਕਿੰਨਾ ਅੱਛਾ ਪ੍ਰੋਗਰਾਮ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਗੁਰਦਾਸ ਮਾਨ ਜੀ ਨਾਂ ਦੇ ਮਿਊਜ਼ੀਕਲ ਗਰੁੱਪ ਸਾਰਾ ਭੋਲਿਆ ਉਹ ਭੋਲਿਆ ਬਠਿੰਡੇ ਵਾਲਿਆ ਓਏ ਆਹ ਹੈ ਭੋਲਾ ਬਠਿੰਡਿਆ ਆਹ ਭੋਲਾ ਗਿਆ ਅਸੀਂ ਆਸਟ੍ਰੇਲੀਆ ਦੇ ਟੂਰ ਤੇ ਗਏ ਮਾਨ ਸਾਹਿਬ ਇਕੱਠੇ ਸੀ ਇਹ ਭੋਲੇ ਨੇ ਮੇਰੇ ਖਿਆਲ ਚ ਕਿੰਨੇ ਸਾਲ ਹੋ ਗਏ ਮਾਨ ਸਾਹਿਬ 30 ਸਾਲ ਨਾਲ 30 ਸਾਲ ਦਾ ਨਾਲ ਹੈ ਪੂਰੀ ਦੁਨੀਆ ਘੁੰਮੀਆਂ ਹਜੇ ਤੱਕ ਹੈਲੋ ਤੇ ਥੈਂਕ ਯੂ ਤੋਂ ਬਿਨਾਂ ਅੰਗਰੇਜ਼ੀ ਨਹੀਂ ਸਿੱਖੀ ਇੱਕ ਦਿਨ ਮਾਨ ਸਾਹਿਬ ਨੂੰ ਕਹਿੰਦਾ ਮਾਨ ਸਾਹਿਬ ਮੈਂ ਅੰਗਰੇਜ਼ੀ ਸਿੱਖਣ ਲੱਗ ਗਿਆ ਸ਼ੁਰੂ ਕਰਤੀ ਕਹਿੰਦੇ ਅੱਛਾ ਕੀ ਸਿੱਖਿਆ ਕਹਿੰਦਾ ਦੇਖੋ ਕਹਿੰਦਾ ਸੁਣਾਉਣਾ ਹੁੰਦਾ ਕਹਿੰਦੀ ਦੇਖਣ ਵਾਲਾ ਸਿੱਖਿਆ ਕਹਿੰਦਾ ਕੀ ਕਹਿੰਦਾ ਇਹ ਵੀ ਆ ਕਹਿੰਦਾ ਇਹ ਵੀ ਅੰਗਰੇਜ਼ੀ ਹੋਈ ਆ ਇਹ ਗੋਰੇ ਨਾ ਜਦੋਂ ਕੋਈ ਕੰਮ ਨਾ ਕਰਨਾ ਹੋਵੇ ਐਂ ਕਹਿੰਦੇ ਨੇ ਉਹ ਥਿਊਰੀ ਮੈਂ ਕਿਹਾ ਵਿਜੀਬਲ ਅੰਗਰੇਜ਼ੀ ਆ ਇਹ ਅੱਛਾ ਪਲੇਨ ਚ ਗਏ ਮੈਂ ਵੀ ਨਾਲ ਹੀ ਸੀ ਮੈਂ ਸੌ ਗਿਆ ਅੱਧੇ ਘੰਟੇ ਬਾਅਦ ਮੇਰੇ ਕੋਲ ਆਇਆ ਮੈਨੂੰ ਉਠਾ ਕੇ ਕਹਿੰਦਾ ਭਾਜੀ ਏਅਰ ਹੋਸਟਸ ਨੂੰ ਕਹੋਗੇ ਮੈਨੂੰ ਜੂਸ ਦੇ ਜੂਗੀ ਮੈਂ ਕਿਹਾ ਚਲੋ ਠੀਕ ਹੈ ਮੈਂ ਕਹਿਤਾ ਉਹਨੂੰ ਫਿਰ ਮੈਂ ਸੌ ਗਿਆ 2 ਘੰਟੇ ਬਾਅਦ ਆਇਆ ਭਗਵੰਤ ਭਾਈ ਇਹਨੂੰ ਕਹੋ ਯਾਰ ਮੈਨੂੰ ਪਾਣੀ ਪਿਆ ਦੂਗੀ 3 ਵਾਰੀ ਜਦੋਂ ਆਇਆ ਭੋਲੇ ਅੰਗਰੇਜ਼ੀ ਬੋਲਿਆ ਕਰੇ ਚ ਕਿਹੜੀ ਗੱਲ ਹੈ ਯਾਰ ਕਹਿੰਦਾ ਆਉਂਦੀ ਨਹੀਂ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਤੈਨੂੰ ਕੀ ਚਾਹੀਦਾ ਕਹਿੰਦਾ ਮੈਨੂੰ ਨਾ ਬਰੱਸ਼ ਤੇ ਪੇਸਟ ਚਾਹੀਦਾ ਮੈਂ ਬਰੱਸ਼ ਕਰਨਾ ਮੈਂ ਤੂੰ ਕਹਿ ਦੀ ਕੈਨ ਆਈ ਹੈਵ ਬਰੱਸ਼ ਐਂਡ ਪੇਸਟ ਪਲੀਜ਼ ਰੱਟਾ ਲਾ ਲਿਆ ਪਲੇਨ ਚ ਆਇਆ ਫਿਰ ਜਿਵੇਂ ਪੇਪਰ ਦਿੰਦਾ ਸੀ ਕੈਨ ਆਈ ਹੈਵ ਬਰੱਸ਼ ਐਂਡ ਪੇਸਟ ਪਲੀਜ਼ ਕੈਨ ਆਈ ਹੈਵ ਲਓ ਜੀ ਹਿੰਮਤ ਜੀ ਕਰਕੇ ਬੈਲ ਮਾਰੀ ਟਿੰਗੜੀ ਉਹ ਆ ਗਈ ਕਹਿੰਦਾ ਕੈਨ ਆਈ ਹੈਵ ਪਤਾ ਨਹੀਂ ਕਿਹੜੇ ਹਿਸਾਬ ਨਾਲ ਭੋਲੇ ਨੇ ਅੰਗਰੇਜ਼ੀ ਬੋਲੀ ਏਅਰ ਹੋਸਟਸ ਨੂੰ 15 ਮਿੰਟਾਂ ਬਾਅਦ ਉਹਨੇ ਟੋਸਟਡ ਬ੍ਰੈਡ ਲਿਆ ਕੇ ਦੇਤਾ ਉਹ ਮੇਰੇ ਕੋਲ ਲੈ ਕਹਿੰਦਾ ਭਾਜੀ ਆ ਦੇਗੀ ਮੈਂ ਕਿਹਾ ਇਹਨੂੰ ਬੁਲਾ ਕੇ ਪੁੱਛਾ ਇੰਨਾ ਚੌੜਾ ਦੰਦਾਂ ਤੇ ਕਿਵੇਂ ਫਿਰੇਗਾ ਸਾਡੇ ਬੰਦੇ ਸਾਰੇ ਇਹ ਵੀ ਕਮਾਲ ਹੈ ਜੀ ਕਮਾਲ ਹੈ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਗੁਰਦਾਸ ਮਾਨ ਜੀ ਦੇ ਨਾਂ ਤੇ ਇੱਕ ਵਾਰੀ ਫੇਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਅਸੀਂ ਜਿਸ ਦਿਨ ਉਹਨਾਂ ਨਾਲ ਸਾਡਾ ਸ਼ੋਅ ਹੁੰਦਾ ਇਕੱਠੇ ਹੁੰਦੇ ਹਾਂ ਅਸੀਂ ਉਸ ਦਿਨ ਮੈਂ ਘੱਟ ਤੋਂ ਘੱਟ ਕੋਸ਼ਿਸ਼ ਕਰਦਾ ਹੁੰਦਾ ਕਿ ਘੱਟ ਤੋਂ ਘੱਟ ਮੈਂ ਹੀ ਬੋਲਾਂ ਕਿਉਂਕਿ ਇਹਨਾਂ ਨੂੰ ਸੁਣ ਕੇ ਰਾਜੀ ਨਹੀਂ ਆਉਂਦਾ ਸੋ ਗੁਰਦਾਸ ਮਾਨ ਜੀ ਜਿਹਨਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਇਹਨਾਂ ਨੂੰ ਅਸੀਂ ਫੋਲੋਅਰ ਇਹਨਾਂ ਦੇ ਸੋ ਬਹੁਤ ਬਹੁਤ ਮਿਹਰਬਾਨੀ ਮੈਂ ਗੁਰਦਾਸ ਭਾਅ ਜੀ ਨੂੰ ਕਿਹਾ ਇੱਕ ਵਾਰੀ ਮੈਂ ਕਿਹਾ ਮਾਨ ਸਾਹਿਬ ਇੱਕ ਬੇਨਤੀ ਕਰਨੀ ਸੀ ਕਹਿੰਦੇ ਕੀ ਮੈਂ ਕਿਹਾ ਜੀ ਮਿਹਨਤ ਕਰਿਆ ਕਰੋ ਕਹਿੰਦੇ ਕੀ ਗੱਲ ਮੈਂ ਕਿਹਾ ਅਸੀਂ ਤੁਹਾਡੇ ਪਿੱਛੇ ਹਾਂ ਜੀ ਕਿਉਂਕਿ ਜਿਹੜਾ 10ਵੀਂ 'ਚ ਮੇਰੇ ਅੱਗੇ ਰੋਲ ਨੰਬਰ ਸੀ ਮੇਰੇ ਪਿੱਛੇ ਰੋਲ ਨੰਬਰ ਸੀ ਜਿਹੜੇ ਮੁੰਡਾ